ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ। ਮਾਨ ਤੇ ਸਤਿਕਾਰਯੋਗ ਵੀਰੋ, ਭੈਣੋ, ਬਜ਼ੁਰਗੋ, ਪੜ੍ਹੇ ਲਿਖੇ ਨੌਜਵਾਨੋ, ਡਾਕਟਰ, ਇੰਜੀਨੀਅਰ, ਆਓ ਅੱਜ ਉਸ ਨੇਕ ਕਲੰਕ ਕਲਕਲ ਕੇ ਅਵਤਾਰ ਦੇ ਬਾਰੇ ਵਿੱਚ ਵਿਚਾਰ ਕਰੀਏ ਕਿ ਉਹ ਮਾਤ ਲੋਕ ਦੇ ਵਿੱਚ ਜਿਸ ਨੂੰ ਈਸ਼ਾ ਨੇ ਅਰਸ਼ੀ ਅੱਬਾ ਕਿਹਾ, 20 ਸਦੀਆਂ ਤੋਂ ਬਾਅਦ ਆਏਗਾ, ਜਿਸ ਨੂੰ ਮੰਮਦ ਸਾਹਿਬ ਨੇ ਹਮਾਮ ਮਹਿੰਦੀ ਕਿਹਾ, 14 ਸਦੀਆਂ ਤੋਂ ਬਾਅਦ ਆਏਗਾ, ਜਿਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ 23 ਤੋਂ ਬਾਅਦ ਆਏਗਾ, ਉਹ ਵੀਰੋ ਆ ਚੁੱਕਾ ਹੈ, ਜਿਹਨੂੰ ਰਾਮ ਨੇ ਕਿਹਾ ਕਲਯੁੱਗ ਦੇ ਆਖਿਰ ਵਿੱਚ ਆਏਗਾ, ਕ੍ਰਿਸ਼ਨ ਜੀ ਨੇ ਕਿਹਾ ਉਹ ਕਲਯੁੱਗ ਦੇ ਅੰਤਿਮ ਵਿੱਚ ਆਏਗਾ। ਉਸਦੇ ਇਸ ਵਕਤ ਧਰਤੀ ਪਰ ਹਿੰਦੁਸਤਾਨ 'ਚ 994 ਗੁਰੂ ਨੇ, ਜਿਹੜੇ ਗੱਦੀਆਂ ਦੇ ਗੁਰੂ ਨੇ, ਇੱਕ ਜਾਣ ਤੋਂ ਬਾਅਦ ਦੂਸਰੇ ਨੂੰ ਆਉਂਦੇ ਨੇ, ਪਰ ਕਾਲ ਪੁਰਖ ਪਰਮਾਤਮਾ ਦਾ ਕਲਕਲ ਕੀ ਅਵਤਾਰ ਨੇ ਕਲੰਕ ਦਾ ਕੋਈ ਸਾਨੀ ਹੈ ਹੀ ਨਹੀਂ, ਉਸਦਾ ਬਾਅਦ ਕੋਈ ਨਹੀਂ ਆਉਂਦਾ। ਉਹ 994 ਚੌਕੜੀ ਯੁੱਗ ਬਾਅਦ ਆਇਆ, 3976 ਯੁੱਗਾਂ ਬਾਅਦ ਮਾਤ ਲੋਕ 'ਚ ਪ੍ਰਗਟ ਹੋਇਆ, ਉਹ ਵੀ ਧਰਤੀ ਦੀ ਪੁਕਾਰ ਕਰਨ ਸੁਣ ਕੇ, ਧਰਤੀ ਮਾਂ ਦੀ ਜਾਂ ਆਤਮਾ ਦੀ ਪੁਕਾਰ ਸੁਣ ਕੇ, ਕਿ ਇਸ ਵਕਤ ਬਹੁਤ ਹੀ ਜ਼ਿਆਦਾ ਸੱਚਾ ਪਾਤਸ਼ਾਹ। ਧਰਤੀ ਕਹਿੰਦੀ ਹੈ ਕਿ ਜ਼ੁਲਮ ਅਪਰਾਧ ਇਤਨਾ ਹੋ ਗਿਆ ਹੈ ਕਿ ਮੇਰੇ ਕੋਲੋਂ ਭਾਰ ਨਹੀਂ ਚੁੱਕਣ ਵਾਲਾ, ਮੇਰੇ ਪਰ ਦਰਿਆ ਰੱਖਦੇ, ਪਹਾੜ ਰੱਖਦੇ, ਸਮੁੰਦਰ ਰੱਖਦੇ, ਪਰ ਅੱਜ ਦਾ ਇਹ ਇਨਸਾਨ ਜਿਹੜਾ ਕਿ ਕਲਯੁੱਗ ਦੇ ਵਿੱਚ ਆਪਣੀ ਮਨਮਰਜ਼ੀ ਨਾਲ ਸਭ ਕੁਝ ਕਰੀ ਜਾ ਰਿਹਾ ਹੈ, ਇਸ ਕਰਕੇ ਪਰਮਾਤਮਾ ਆਇਆ ਔਰ ਉਹਨੇ ਆਣ ਕੇ ਸਾਰੇ ਗੁਰੂਆਂ, ਅਵਤਾਰ, ਪੈਗੰਬਰਾਂ ਨੂੰ ਅਜਲਾਸ ਬੁਲਾਇਆ। 3 ਪੈਗੰਬਰ, 10 ਗੁਰੂ, 23 ਅਵਤਾਰਾਂ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਮਾਤ ਲੋਕ 'ਚ ਭੇਜਦਾ ਰਿਹਾ, ਤੁਸੀਂ ਦੱਸੋ ਕੀ ਕਰਕੇ ਆਏ ਹੋ। ਸਾਰਿਆਂ ਗੁਰੂਆਂ, ਅਵਤਾਰਾਂ, ਪੈਗੰਬਰਾਂ ਨੇ ਬੇਨਤੀ ਕੀਤੀ, ਅਸੀਂ ਮਾਤ ਲੋਕ ਵਿੱਚ 10 ਗਾਏ, ਗ੍ਰੰਥ, ਵੇਦ, ਸ਼ਾਸਤਰ, ਕੁਰਾਨ, ਜੀਲ, ਬਾਬਲ ਲਿਖਾ ਕੇ ਵੀ ਆਏ, ਪਰ ਇਹ ਸੰਸਾਰ ਨਹੀਂ ਮੰਨਦਾ। ਕਿਉਂ? ਕਿ ਕਲਯੁੱਗ ਨੇ ਐਸਾ ਪਤੂਰ ਪਾਇਆ ਹੈ, ਇਹਦੀ ਉਮਰ ਛੋਟੀ ਪਰ ਇਹਨੇ ਇੰਨਾ ਸਪੀਡ 'ਚ ਕੰਮ ਕੀਤਾ ਹੈ ਕਿ ਇਹਨੇ ਸਾਡੀਆਂ ਚਰਖੜੀਆਂ ਘੁਮਾ ਦਿੱਤੀਆਂ। ਕਲਯੁੱਗ ਦੇ ਅੰਤਮ ਵਿੱਚ ਦੇਖੋ, 7 ਯੁੱਗ ਵਿੱਚ 18 ਅਵਤਾਰ ਆਏ, 3 ਵਿੱਚ 2, ਦੁਆਪਰ 'ਚ 2। ਕਲਯੁੱਗ ਦੀ ਉਮਰ ਸਭ ਤੋਂ ਛੋਟੀ, ਪਰ ਫਿਰ ਵੀ 3 ਪੈਗੰਬਰ, 10 ਗੁਰੂ, 1 ਮਹਾਤਮਾ ਬੁੱਧ ਵੀ ਆਇਆ, ਪਰ ਇਸਨੇ ਕਿਸੇ ਦੀ ਨਹੀਂ ਚੱਲਣ ਦਿੱਤੀ। ਪਰਮਾਤਮਾ ਕਲਯੁੱਗ ਨੂੰ ਪੁੱਛਦਾ, ਦੱਸ ਕਿ ਇਹ ਕੰਮ ਤੂੰ ਕਿਸ ਤਰ੍ਹਾਂ ਇੱਦਾਂ ਜਲਦੀ ਕੀਤਾ। ਕਲਯੁੱਗ ਕਹਿੰਦਾ, ਮੈਂ ਬਿਨਾਂ ਮੰਗਿਓ ਝੂਠ ਝੂਠ ਦਾ ਝੋਲੀਆਂ ਭਰ ਭਰ ਦਿੱਤਾ ਦਾਨ, ਪਿਤਾ ਪੁੱਤ ਕਿਤੇ ਬੇਈਮਾਨ, ਮਾਵਾਂ ਪੁੱਤਰਾਂ ਨਾਲ, ਭੈਣਾਂ ਭਰਾਵਾਂ ਨਾਲ ਫਸਾ ਦਿੱਤੇ, ਇਹਨਾਂ ਦੀ ਮਾਤੀ ਮਾਰ ਦਿੱਤੀ। ਪਰਮਾਤਮਾ ਕਹਿੰਦਾ, ਮੈਂ ਤੇਰੇ 'ਤੇ ਬਹੁਤ ਖੁਸ਼ ਹਾਂ ਕਲਯੁੱਗ, ਤੂੰ ਮੇਰਾ ਲਾਡਲਾ ਪੁੱਤਰ ਹੀ, ਦਿੱਤੇ ਹੋਏ ਟਾਈਮ ਤੂੰ ਬਹੁਤ ਪਹਿਲਾਂ ਕੰਮ ਕਰ ਦਿੱਤਾ ਹੈ, ਪਰ ਹੁਣ ਧਰਤੀ ਦੀ ਪੁਕਾਰ ਸੁਣ ਕੇ ਤੈਨੂੰ ਜਾਣਾ ਪੈਣਾ ਹੈ। ਉਸ ਵੇਲੇ ਉਹ ਕਹਿੰਦਾ ਹੈ ਕਿ ਮੇਰੀਆਂ 2 ਖੁਆਹਿਸ਼ਾਂ ਨੇ, ਪਰਮਾਤਮਾ ਨੇ ਉਹ ਵੀ ਪੂਰੀਆਂ ਕਰ ਦਿੱਤੀਆਂ। ਉਹਦੀ 2 ਖੁਆਹਿਸ਼ਾਂ 'ਚ ਇੱਕ ਖੁਆਹਿਸ਼ ਇਹ ਕਿ ਮੈਂ ਘਰ ਘਰ ਪਾਉਣੇ ਸਿਆਪੇ, ਪੁੱਤਰਾਂ ਕੋਲੋਂ ਕਟਵਾਉਣੇ ਮਾਪੇ, ਔਰ ਦੂਸਰੀ ਖੁਆਹਿਸ਼ ਇਹ 999 ਕਰੋੜ ਬਿਮਾਰੀ ਲਾਣੀ, ਜਿਸ ਦਾ ਕੋਈ ਦੁਨੀਆ ਵਿੱਚ ਡਾਕਟਰ ਬੇਦਕੀਮ ਸਮਝ ਨਾ ਸਕੇ।
ਹੁਣ ਪਰਮਾਤਮਾ ਨੇ ਦੋ ਰੂਪਾਂ ਵਿੱਚ ਖੇਡ ਕੀਤਾ। ਸਭ ਤੋਂ ਪਹਿਲੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਉਹ ਮਾਤ ਲੋਕ ਦੇ ਵਿੱਚ ਪ੍ਰਗਟ ਹੋਏ। ਵੀਰੋ, ਪੈਦਾ ਹੋਣੇ ਔਰ ਪ੍ਰਗਟ ਹੋਣੇ ਜਿਮੀ ਸਮਾਨ ਦਾ ਫਰਕ ਹੈ। ਪੈਦਾ ਹੋਣੇ ਵਾਸਤੇ 9 ਮਹੀਨੇ 18 ਦਿਨ ਮਾਂ ਦੇ ਪੇਟ ਵਿੱਚ ਉਲਟਾ ਲਟਕਣਾ ਪੈਂਦਾ ਹੈ, ਪਰ ਮਹਾਰਾਜ ਜੀ ਸ਼ੇਰ ਸਿੰਘ ਉਹ ਮਾਤ ਗਰਭ ਜੂਨਾਂ ਵਿੱਚ ਆਏ ਹੀ ਨਹੀਂ। ਜੈਸੇ ਹੀ ਬਾਹਰ ਆਇਆ ਉਹ ਇੱਕ ਲੋਥੜਾ, ਉਹ ਜੋਤ ਸ਼ਬਦ ਦੀ ਤਾਰ ਆ ਗਈ। ਉਸਨੇ ਐਸੀ ਖੇਡ ਖੇਡੀ, ਦੁਆਪਰ ਦਾ ਅਰਜਨ ਉਹਨਾਂ ਦਾ ਪੱਕਾ ਸਿੱਖ ਸੀ ਜਿਨ੍ਹਾਂ ਨੇ ਉਹਦੀਆਂ ਲਿਖਤਾਂ ਲਿਖੀਆਂ। ਹੁਣ ਮਹਾਰਾਜ ਸ਼ੇਰ ਸਿੰਘ ਨੇ ਕਿਹਾ ਕਿ ਜਦੋਂ ਮੈਂ 23 ਸਾਲ ਦਾ ਹੋ ਜਾਵਾਂਗਾ ਅਦੋਂ ਉਹ ਆਏਗਾ ਜਿਹੜਾ ਕਿ ਸੰਭਲ ਨਗਰ ਬਣੇਗਾ, ਜਿਸ ਵਿੱਚ ਮੈਂ ਔਰ ਸਤਿਗੁਰੂ ਗੋਬਿੰਦ ਬਹਿ ਕੇ ਦੋਨੋਂ ਮਾਤ ਲੋਕ ਦੇ ਵਿੱਚ ਨੇਕ ਲੰਕ ਬਣਾਂਗੇ। ਔਰ ਜਦੋਂ ਉਹ 29 ਸਾਲ ਦਾ ਹੋ ਜਾਏਗਾ ਉਸ ਤੋਂ ਬਾਅਦ ਉਹ ਸਰੀਰ ਛੱਡ ਦੇਣਗੇ ਔਰ ਜੋਤ ਸਰੂਪ ਹੋ ਗਏ ਸੱਚੇ ਪਾਤਸ਼ਾਹ ਮਹਾਰਾਜ ਪੂਰਨ ਸਿੰਘ ਵਿੱਚ ਪ੍ਰਗਟ ਹੋ ਜਾਣਗੇ। ਉਹ ਫਿਰ ਨੇਕ ਲੰਕ ਬਣਿਆ। ਉਸਨੇ 24 ਗ੍ਰੰਥ ਲਿਖਾ ਦਿੱਤੇ। ਵੀਰੋ, 24 ਗ੍ਰੰਥ ਬਹੁਤ ਵੱਡਾ ਭੰਡਾਰ ਹੈ। 7 ਰੰਗ ਦਾ ਨਿਸ਼ਾਨ 7 ਦੀਪਾਂ ਵਾਸਤੇ ਚਲਾ ਦਿੱਤਾ, 7 ਯੁਗ ਦਾ ਵਿਧਾਨ ਬਣਾ ਦਿੱਤਾ, ਮੀਟ ਸ਼ਰਾਬ ਸਿਗਰਟ ਤੰਬਾਕੂ ਪਾਨ ਚਾਏ ਨਹੀਂ ਪੀਣਾ ਔਰ ਵਿਆਹ ਸ਼ਾਦੀਆਂ 1 ਰੁਪਏ ਨਾਲ ਅੰਤਿਮ ਸਮਾਂ ਉਹ ਵੀ ਇਸ ਤਰ੍ਹਾਂ ਦਾ ਕਰਕੇ। ਨੇਕ ਲੰਕ ਉਹ ਕਾਲਪੁਰ ਪਰਮਾਤਮਾ ਹੈ ਵੀਰੋ ਜਿਹਦੀਆਂ ਗੱਦੀਆਂ ਨਹੀਂ ਚੱਲਦੀਆਂ। ਉਹਨਾਂ ਆ ਕੇ ਸਾਰੀਆਂ ਮੂਰਤੀ ਪੂਜਾ ਖਤਮ ਕਰ ਦਿੱਤੀਆਂ। ਉਹਨਾਂ ਨੇ ਮਾਤ ਰੂਪ ਦੇ ਵਿੱਚ ਇੱਕ ਐਸਾ ਡੰਕ ਵਜਾਇਆ, 7 ਦੀਪਾਂ ਵਿੱਚ ਗਏ ਉਹਨਾਂ ਨੇ ਸਾਰੇ ਜਿਤਨੇ ਵੀ ਪੇਕ ਪਖੰਡ ਸਨ ਸਾਰੇ ਖਤਮ ਕਰ ਦਿੱਤੇ। ਨੇਕ ਲੰਕ ਉਹ ਮਹਾਨ ਅਸਥੀ ਹੈ। ਗੁਰੂਆਂ ਅਵਤਾਰਾਂ ਪੈਗੰਬਰਾਂ ਦੇ ਬੇਨਤੀ ਕਰਨ ਦੇ ਇਹ ਪਰਮਾਤਮਾ ਅਸੀਂ ਅਲੱਗ ਅਲੱਗ ਯੁੱਗਾਂ ਵਿੱਚ ਆਏ ਹਾਂ। ਅਸੀਂ ਮੰਦਰ ਮਸਜਿਦ ਗੁਰਦੁਆਰੇ ਚਰਚ ਬਣ ਗਏ ਨੇ, ਨਾਮ ਵੀ ਅਲੱਗ ਅਲੱਗ ਹੋ ਗਏ ਨੇ। ਇਹ ਤਾਂ ਤੂੰ ਦੱਸ ਦਿੱਤਾ ਕਿ ਸਾਰਿਆਂ ਅੰਦਰ ਪਰਮਾਤਮਾ ਤੇਰਾ ਰੂਪ ਇੱਕ ਹੈ, ਰੰਗ ਇੱਕ ਹੈ, ਤੂੰ ਐਸਾ ਕਰ ਕਿਰਪਾ ਕਰਕੇ ਸਾਰਿਆਂ ਵਾਸਤੇ, ਹਿੰਦੂ ਮੁਸਲਿਮ ਸਿੱਖ ਈਸਾਈ ਜੈਨੀ ਵਾਸਤੇ, ਵਿਧਾਨ ਇੱਕ, ਨਾਮ ਇੱਕ ਔਰ ਸਭ ਕੁਛ ਇੱਕ ਕਰ ਦੇ। ਕਾਲਪੁਰ ਪਰਮਾਤਮਾ ਨੇ ਖੁਸ਼ ਹੋ ਕੇ ਆਪਣਾ ਪੂਰਾ ਨਾਮ ਦੱਸ ਦਿੱਤਾ, ਪੂਰਾ ਸੱਚਾ ਨਾਮ, ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਵੀਰੋ, ਇਹ ਯੁੱਗ ਨਾਮ ਅਗਲੇ 4 ਯੁੱਗ ਚੱਲੇਗਾ। ਔਰ ਭਗਤਾਂ ਨੂੰ ਕਹਿ ਦਿੱਤਾ ਸਭ ਤੋਂ ਆਸਾਨ ਕੰਮ ਕੋਈ ਜਪ ਤਪ ਹੱਥ ਕਰਨਾ ਪਏ ਨਾ ਹੱਥ, 5 ਵਾਰ ਸੁਬਾਹ ਇਹ ਨਾਮ ਜ਼ਰੂਰ 4-5 ਤੂਟ 'ਚ ਲਓ, 5 ਵਾਰੀ ਸ਼ਾਮੀ ਸੌਂਜਾ ਲਓ, ਦਿਨ ਦਾ ਦਿਨ ਰਾਤ ਦਾ ਰਾਤ ਸਾਫ ਹੋ ਜਾਏਗਾ। ਇਹ ਨੇਕ ਲੰਕ ਦੀਆਂ ਸਾਰੀਆਂ ਸਿਫਤਾਂ ਨਾਲ ਵੀਰੋ ਕਿ ਸਭ ਤੋਂ ਆਸਾਨ, ਸਭ ਤੋਂ ਅੱਛਾ ਰਸਤਾ ਉਹਨੇ ਮਾਤਰੂਪ ਵਿੱਚ ਦੱਸਿਆ। ਅਸੀਂ ਅਗਰ ਕੋਈ ਵੀਰ ਭੈਣ ਨੇਕ ਲੰਕ ਦੇ ਬਾਰੇ 'ਚ ਜਾਣਨਾ ਚਾਹੁੰਦਾ ਹੈ ਤਾਂ ਜ਼ਰੂਰ ਵੀਰੋ 24 ਗ੍ਰੰਥ ਹਿੰਦੀ ਉਰਦੂ ਗੁਰਮੁਖੀ ਵਿੱਚ ਹੈ ਨੇ, ਉਹਨੂੰ ਪੜ੍ਹ ਸਕਦੇ ਨੇ।
ਕੋਈ ਕਿਸੇ ਜਾਤ ਪਾਤ, ਕੋਈ ਅਮੀਰ ਗਰੀਬ ਦਾ ਕੋਈ ਕਿਸੇ ਕਿਸਮ ਦੀ ਰਿਸਟ੍ਰਿਕਸ਼ਨ ਨਹੀਂ। ਜਿਹੜੇ ਕਿ ਬਾਕੀ ਧਰਮਾਂ ਵਾਲੇ ਇਸ ਵਕਤ, ਚਾਹੇ ਕੋਈ ਵੀ ਧਰਮ ਹੋਵੇ, ਉਹਨਾਂ ਨੂੰ ਨੇਕ ਲੰਕ ਦਾ ਨਾਂ ਸੁਣਦਿਆਂ ਹੀ ਨਾ ਸੁਣਨਾ ਚਾਹੁੰਦੇ ਨੇ, ਨਾ ਹੀ ਉਸਦਾ ਬਾਰੇ ਜਾਣਨਾ ਚਾਹੁੰਦੇ ਨੇ। ਇਹ ਸਭ ਉਸ ਪਰਮਾਤਮਾ ਦੀਆਂ ਖੇਡਾਂ ਨੇ। ਇਸ ਕਰਕੇ ਵੀਰੋ, ਨੇਕ ਲੰਕ ਦੇ ਬਾਰੇ ਜਾਣਨ ਵਾਸਤੇ ਆਪ ਉਹ ਨੇਕ ਲੰਕ ਭੰਡਾਰ ਦੇ ਜਿਹੜੇ ਗ੍ਰੰਥ ਵੇਦ ਸ਼ਾਸਤਰ ਨੇ ਉਹਨੂੰ ਪੜ੍ਹੋ। ਇਸੇ ਚਾਲੀ ਪਰਮਾਤਮਾ ਨੇ ਆ ਗਏ, ਪ੍ਰਮੋਸ਼ਨ ਦੇ ਦਿੱਤੇ ਸਾਰਿਆਂ ਨੂੰ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਕਿ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਬਦਲੀ ਹੋਣਗੇ। ਗੁਰੂ ਤੇਗ ਬਹਾਦਰ ਜੀ ਇਸ ਵਕਤ ਬ੍ਰਹਮਾ ਦੀ ਪਦਵੀ ਬਣੇ। ਜ਼ੋਰਾਵਰ ਅਤੇ ਫਤਿਹ ਸਿੰਘ ਜਿਹੜੇ ਨੀਹਾਂ ਚਲਾਏ ਗਏ ਸਨ, ਉਹ ਵੀਰੋ ਇੰਦਰ ਅਤੇ ਸ਼ਿਵਜੀ ਦੀ ਪਦਵੀ ਬਣੇ। ਸੱਚਖੰਡ ਦਾ ਗੇਟ ਕੀਪਰ ਵੀ ਬਦਲੀ ਕਰ ਦਿੱਤਾ ਹੈ। ਫਰਸ਼ 'ਤੇ ਨਹੀਂ ਅਰਸ਼ 'ਤੇ ਵੀ ਚੇਂਜ ਕਰ ਦਿੱਤਾ ਹੈ। ਹਰਭਗਤ ਦੁਆਰ ਜੇਠੋਵਾਲ ਕੱਥੂ ਨੰਗਲ ਬੇਰਕੇ ਦੇ ਵਿੱਚ ਹੈ, ਜਿਹੜਾ 36x36 ਉਹਦੇ ਨੀਚੇ ਮਹਾਰਾਜ ਨੇ ਆਪਣੇ ਬੱਚਿਆਂ ਦੀਆਂ ਨੀਹਾਂ ਵੀ ਹੱਡੀਆਂ ਰੱਖ ਕੇ ਉਸ ਭਗਤ ਦੁਆਰ ਨੂੰ ਬਣਾਇਆ ਹੈ। ਦੁਨੀਆਂ ਦੇ ਵਿੱਚ ਐਸਾ ਕੋਈ ਆਰਕੀਟੈਕਟ ਨੇ ਨਹੀਂ ਬਣਾਇਆ, ਉਹ ਸੱਚਖੰਡ ਦਾ ਨਮੂਨਾ ਹੈ। ਇਸੇ ਤਰ੍ਹਾਂ ਇੱਕ ਭਗਤ ਦੁਆਰ ਦਿੱਲੀ ਵਿੱਚ ਵੀ ਹੈ, ਜਿਹੜਾ ਕਿ ਤੀਰਪੁਰ ਹੈ। ਉੱਥੇ ਧਰਮ ਦੀ ਕਿਤਾਬ ਖੁੱਲ੍ਹੀ ਹੈ, ਉੱਥੇ ਕ੍ਰਿਸ਼ਨ ਮਹਾਰਾਜ ਦੀ ਬੇਨਤੀ 'ਤੇ ਉਹ ਬਣਾਇਆ ਗਿਆ ਹੈ। ਜਗ੍ਹਾ ਜਗ੍ਹਾ ਅਟਾਰਸੀ, ਕੋਟਾ ਬੂੰਦੀ, ਯੂਪੀ ਵਿੱਚ ਰੂਪਵਾਲ, ਗੁਰਮੁਖ ਦੁਆਰ, ਬੜੇ ਭਗਤ ਦੁਆਰ ਨੇ ਵੀਰੋ, ਸਾਰਿਆਂ ਦੇ ਦਰਸ਼ਨ ਕਰ ਸਕਦੇ ਹੋ, ਪੜ੍ਹ ਸਕਦੇ ਹੋ। ਇਸ ਕਰਕੇ ਕੋਈ ਵੀ ਡਿਟੇਲ ਜਾਣਨਾ ਚਾਹੁੰਦੇ ਹੋ ਤਾਂ ਵੀਰੋ ਕੋਸ਼ਿਸ਼ ਕਰੋ। 18 ਹਾਰਡ 17 ਹਾਰਡ 26 ਪੋਹ ਨੂੰ ਬਹੁਤ ਵੱਡਾ ਸੰਮੇਲਨ ਹੁੰਦਾ ਹੈ, 4 ਦਿਨ ਦਾ ਰਹਿੰਦਾ ਹੈ। 18 ਹਾਰਡ 28 ਪੋਹ ਨੂੰ ਸ਼ਾਦੀਆਂ ਹੁੰਦੀਆਂ ਨੇ, ਸਿਰਫ 1 ਰੁਪਏ ਨਾਲ, ਔਰ ਸਾਰੀ ਸੰਗਤ ਹੰਸ ਸਫੇਦ ਕੱਪੜੇ ਪਾਉਂਦੀ ਹੈ, ਸਿਰ ਤੋਂ ਲੈ ਕੇ ਪੈਰ ਤੱਕ। ਐਸੀ ਸੁੱਚੀ ਉੱਚੀ ਸੰਗਤ ਸੰਸਾਰ 'ਚ ਔਰ ਕੋਈ ਸੰਗਤ ਨਹੀਂ ਹੈ। ਕਰੈਕਟਰ ਸਭ ਤੋਂ ਅੱਛਾ ਹੈ, ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਭੈਣਾਂ ਜਿਹਦੇ ਨਾਲ ਸ਼ਾਦੀ ਹੋ ਗਈ ਹੈ। ਇਸ ਕਰਕੇ ਵੀਰੋ ਅੱਗੇ ਬੜੋ, ਸਾਰੇ ਧਰਮਾਂ ਵਾਲੇ, ਹਿੰਦੂ ਮੁਸਲਿਮ ਸਿੱਖ ਈਸਾਈ ਜਾਨੀ ਬੋਲੀ, ਨੇਕ ਲੰਕ ਦੇ ਬਾਰੇ 'ਚ ਜਾਣੋ ਔਰ ਉਹਦੇ ਚਰਨਾਂ ਵਿੱਚ ਝੁਕ ਜਾਓ, ਨਮਸਕਾਰ ਕਰੋ। ਇਸੇ ਕਰਕੇ ਇਹ ਨਾਮ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਸੋਹੰਗ ਮਹਾਰਾਜ ਸੇਤ ਸਿੰਘ ਵਿਸ਼ਨੂੰ ਭਗਵਾਨ ਦੀ ਜੈ।